ਈਵਨ ਪੰਜਾਬੀ ਨਿਡਰ ਨਿਰਪੱਖ ਨਵੀਂ ਸੋਚ, ਮੈਂ ਤੁਹਾਡਾ ਦੋਸਤ ਸੋਮ ਸਹੋਤਾ ਤੋਂ ਲੈ ਕੇ ਹਾਜ਼ਰ ਹਾਂ ਕਰੰਟ ਇਸ਼ੂ। ਕਰੰਟ ਇਸ਼ੂ ਲਈ ਚੱਲਦੇ ਹਾਂ ਮੋਗੇ। ਦੋਸਤੋ, ਸਰਕਾਰ ਵੱਲੋਂ ਤਾਂ ਕਿਸੇ ਕਿਸਮ ਦੀ ਕੋਈ ਕਮੀ ਨਹੀਂ ਹੈ ਸਰਕਾਰੀ ਹਸਪੀਟਲਾਂ ਨੂੰ ਲੈ ਕੇ, ਪਰ ਕਿਤੇ ਨਾ ਕਿਤੇ ਡਾਕਟਰਾਂ ਦੀ ਅਣਗਹਿਲੀ ਕਰਕੇ ਬਹੁਤ ਸਾਰੇ ਮਰੀਜ਼ ਇਸ ਦੁਨੀਆ ਨੂੰ ਅਲਵਿਦਾ ਕਹਿ ਜਾਂਦੇ ਨੇ, ਔਰ ਕਿਸੇ ਦਾ ਗਲਤ ਇਲਾਜ ਕਰ ਦਿੱਤਾ ਜਾਂਦਾ ਹੈ। ਕਿਸੇ ਨੂੰ ਕੋਈ ਬਿਮਾਰੀ ਹੁੰਦੀ ਹੈ, ਉਸ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਜਾਂਦਾ। ਮਤਲਬ ਕਿਤੇ ਨਾ ਕਿਤੇ ਡਾਕਟਰ ਜਿਹੜੇ ਹੈ ਉਹ ਆਪਣੇ ਇਸ ਪ੍ਰੋਫੈਸ਼ਨ ਤੋਂ ਦੂਰ ਜਾ ਚੁੱਕੇ ਨੇ, ਔਰ ਕਿਤੇ ਨਾ ਕਿਤੇ ਆਪਣੇ ਉਸ ਨੌਕਰੀ ਦੇ ਦੌਰਾਨ ਵੀ ਕੁਛ ਇੱਕ ਡਾਕਟਰ ਜਿਹੜੀਆਂ ਆਪਣੀਆਂ ਪਰਸਨਲ ਜਿਹੜੀਆਂ ਪ੍ਰੈਕਟਿਸ ਹੈ ਉਹ ਕਰਦੇ ਨਜ਼ਰ ਆਉਂਦੇ ਨੇ। ਔਰ ਜੇ ਮੋਗੇ ਦੀ ਗੱਲ ਕਰੀਏ ਤਾਂ ਆਏ ਦਿਨ ਸਿਵਲ ਹਸਪੀਟਲ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੀਆਂ ਖਬਰਾਂ ਜਿਹੜੀਆਂ ਆਉਂਦੀਆਂ ਨੇ, ਔਰ ਪਿਛਲੇ ਦਿਨੀ ਤਾਂ ਇੱਕ ਮਾਸੂਮ ਬੱਚਾ ਜਿਹੜਾ ਕਿ ਅਜੇ ਇਸ ਦੁਨੀਆ ਦੇ ਉੱਪਰ ਜਿਸਨੇ ਕਦਮ ਹੀ ਰੱਖਿਆ ਸੀ ਉਸ ਨੂੰ ਇਸ ਦੁਨੀਆ ਤੋਂ ਜਾਣਾ ਪਿਆ ਸਿਰਫ ਤਾਂ ਸਿਰਫ ਨਰਸਾਂ ਦੀ ਅਣਗਹਿਲੀ ਕਰਕੇ। ਲੇਕਿਨ ਅੱਜ 25 ਲੱਖ ਖਰਚਣ ਤੋਂ ਬਾਅਦ ਵੀ ਇੱਕ ਪਰਿਵਾਰ ਵਾਲੇ ਆਪਣੀ ਮਾਂ ਨੂੰ ਨਹੀਂ ਬਚਾ ਸਕੇ। ਅਸਲ ਵਿੱਚ ਇਹ ਕੀ ਹੈ ਪੂਰੀ ਕਹਾਣੀ, ਚੱਲਦੇ ਹਾਂ ਜੀ ਮੋਗੇ ਜਿੱਥੋਂ ਮੇਰੇ ਨਾਲ ਸਰਬਜੀਤ ਰੌਲੀ ਜੀ ਜੁੜ ਚੁੱਕੇ ਨੇ, ਉਹਨਾਂ ਤੋਂ ਅਪਡੇਟ ਲੈਂਦੇ ਹਾਂ। ਰੌਲੀ ਜੀ, ਕੀ ਅਪਡੇਟ ਹੈ ਇਸ ਖਬਰ ਨੂੰ ਲੈ ਕੇ? ਜੀ, ਇੱਕ ਮਹਿਲਾ ਸੀਗੀ ਜਿਹੜੀ ਕਿ 25-26 ਸਾਲ ਦੀ ਲੜਕੀ ਸੀਗੀ, ਔਰ ਪਿੰਡ ਮੌੜ ਦੀ ਰਹਿਣ ਵਾਲੀ ਸੀ। ਰਾਮਪੁਰਾ ਫੂਲ ਦੇ ਅਧੀਨ ਆਉਂਦਾ ਪਿੰਡ ਮੌੜ, ਉਹਦੇ ਪੇਕੇ ਪਿੰਡ ਸੀਗਾ ਜੀ, ਮੋਗਾ ਦੇ ਨਾਲ ਹੀ ਲੱਗਦਾ ਪਿੰਡ ਬੋਨਾ ਜੀ। ਉਹ ਮਾਪਿਆਂ ਨੇ ਉਹਦਿਆਂ ਨੇ ਜਦੋਂ ਡਿਲੀਵਰੀ ਕੇਸ ਲਈ ਉਹਨੂੰ ਮੋਗਾ ਦੇ ਇੱਕ ਬਾਂਸਲ ਹੋਸਪਿਟਲ ਵਿੱਚ ਦਾਖਲ ਕਰਵਾਇਆ। ਜਦੋਂ ਕਿ ਦਾਖਲ ਕਰਵਾਉਣ ਦਰਮਿਆਨ ਜਿਹੜੀ ਉਹਦੀ ਲੜਕੀ ਦੀ ਡਿਲੀਵਰੀ ਕੀਤੀ ਗਈ, ਡਿਲੀਵਰੀ ਕਰਨ ਸਮੇਂ ਡਾਕਟਰ ਨੇ ਜਿਹੜੀ ਅਣਗਹਿਲੀ ਵਰਤੀ ਜੀ, ਔਰ ਪਰਿਵਾਰ ਵਾਲਿਆਂ ਦੇ ਡਾਕਟਰ ਤੇ ਦੋਸ਼ ਸੀ ਕਿ ਜਦੋਂ ਡਾਕਟਰਾਂ ਨੇ ਇਸ ਲੜਕੀ ਦਾ ਆਪਰੇਸ਼ਨ ਕੀਤਾ ਤਾਂ ਉਸ ਸਮੇਂ ਕੋਈ ਉਹਦੀ ਨਾੜੀ ਕੱਟ ਦਿੱਤੀ ਗਈ, ਜਿਸ ਕਾਰਨ ਜਿਹੜੀ ਲੜਕੀ ਦੇ ਪੇਟ ਵਿੱਚੋਂ ਖੂਨ ਇੰਨਾ ਜ਼ਿਆਦਾ ਵਹਿ ਰਿਹਾ, ਬਲੀਡਿੰਗ ਹੋਣ ਲੱਗੀ ਕਿ ਜਿਹੜਾ ਫਰਸ਼ ਉੱਪਰ ਵੀ ਖੂਨੋ ਖੂਨ ਹੋ ਗਿਆ ਸੀ ਸਾਰਾ। ਮਤਲਬ ਪ੍ਰਾਈਵੇਟ ਹਸਪੀਟਲ ਦੇ ਵਿੱਚ ਇਹਨਾਂ ਨੇ ਇਲਾਜ ਕਰਵਾਇਆ ਸੀ ਜਾਂ ਸਰਕਾਰੀ ਵਿੱਚ? ਇਹ ਸਰ ਬਾਂਸਲ ਹਸਪੀਟਲ ਪ੍ਰਾਈਵੇਟ ਹਸਪੀਟਲ ਆ। ਮੈਂ ਇਹੀ ਕਹੂੰਗਾ ਕਿ ਜਿੱਥੇ ਸਰਕਾਰੀ ਹਸਪਤਾਲ ਦੇ ਡਾਕਟਰ ਜਲਾਦ ਬਣੇ ਹੋਏ ਆ, ਉੱਥੇ ਪ੍ਰਾਈਵੇਟ ਹਸਪਤਾਲ ਦੇ ਜਿਹੜੇ ਡਾਕਟਰ ਵੀ ਜਲਾਦਾਂ ਤੋਂ ਘੱਟ ਨੇ। ਇਸ ਹਸਪਤਾਲ ਦੇ ਅੱਜ ਤੀਜਾ ਕੇਸ ਜਿਹੜਾ ਇਹ ਵੇਖਣ ਵਿੱਚ ਆਇਆ, ਇਸ ਤੋਂ ਪਹਿਲਾਂ ਵੀ ਦੋ ਕੇਸ ਜਿਹੜੇ ਵਾਪਰ ਚੁੱਕੇ ਨੇ, ਪਰਿਵਾਰ ਵਾਲੇ ਧਾਮੇ ਲਾ ਚੁੱਕੇ ਨੇ। ਔਰ ਜਦੋਂ ਵੀ ਕੋਈ ਹਸਪਤਾਲ ਦਾ ਕੇਸ ਹੁੰਦਾ, ਇਸ ਤੋਂ ਪਹਿਲਾਂ ਪ੍ਰੇਮ ਹੱਡੀਆਂ ਵਾਲੇ ਦੇ ਹਸਪਤਾਲ ਦਾ ਕੇਸ ਆਇਆ ਜਿੱਥੇ ਨੌਜਵਾਨ ਮੁੰਡੇ ਦੀ ਮੌਤ ਹੋਈ ਆ, ਉੱਥੇ ਵੀ ਪਰਿਵਾਰ ਵਾਲਿਆਂ ਨੇ ਧਰਨਾ ਲਾ ਕੇ ਇਹਨਾਂ ਡਾਕਟਰਾਂ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਔਰ ਕੱਲ ਇੱਥੇ ਵੀ ਜਿੰਨੀਆਂ ਸਾਰੀਆਂ ਜਥੇਬੰਦੀਆਂ ਸੀ, ਸਮਾਜ ਸੇਵੀ ਜਥੇਬੰਦੀਆਂ ਨੇ ਇੱਕ ਧਰਨਾ ਲਾਇਆ, ਦਿਨਭਰ ਰਾਤ ਦਾ ਧਰਨਾ ਚੱਲਿਆ, ਔਰ ਡਾਕਟਰਾਂ ਨੇ ਟਸ ਤੋਂ ਮਸ ਨਹੀਂ ਕੀਤੀ। ਉਲਟਾ ਜਿਹੜਾ ਪਰਿਵਾਰ ਵਾਲਿਆਂ ਦੇ ਸੁਣਨ ਦੀ ਬਜਾਏ ਇਹਨਾਂ ਡਾਕਟਰਾਂ ਨੇ ਸਾਰਿਆਂ ਨੇ ਇਕੱਠੇ ਹੋ ਕੇ ਹਸਪਤਾਲ ਬੰਦ ਕਰ ਦਿੱਤੇ ਸਰ। ਲੇਕਿਨ ਬੰਸਲ ਹਸਪੀਟਲ ਦੀ ਜੇ ਗੱਲ ਕਰੀਏ ਤਾਂ ਇਸ ਟਾਈਮ ਉਸਦਾ ਓਨਰ ਕਿੱਥੇ ਹੈ? ਮੈਂ ਦੱਸਣਾ ਚਾਹੂੰਗਾ ਕਿ ਜਿਹੜਾ ਡਾਕਟਰ ਆ 12 ਘੰਟੇ ਕਿਸੇ ਵੀ ਲੋਕਾਂ ਦੇ ਸਾਹਮਣੇ ਨਹੀਂ ਆਇਆ, ਕਿਸੇ ਤੋਂ ਮਾਫ਼ੀ ਮੰਗਣ ਦੀ ਕੋਸ਼ਿਸ਼ ਨਹੀਂ ਕੀਤੀ। ਪਰਿਵਾਰ ਦਾ ਇੱਕੋ ਇੱਕ ਸੀਗਾ ਵੀ ਇਹ ਡਾਕਟਰ ਆਪਦੀ ਗਲਤੀ ਮੰਨੇ, ਸਾਡੇ ਜਿਹੜੇ ਪਰਿਵਾਰ ਦੇ ਜਿਹੜਾ ਜੀ ਚਲਾ ਗਿਆ, ਸਾਨੂੰ ਉਹ ਜੀ ਦਾ ਜਿਹੜਾ ਘਾਟਾ ਕਦੇ ਪੂਰਾ ਨਹੀਂ ਹੋ ਸਕਦਾ, ਨਾ ਸਾਨੂੰ ਪੈਸੇ ਨਾਲ ਪੂਰਾ ਹੋ ਸਕਦਾ। ਪਰ ਇਹ ਡਾਕਟਰ ਨੇ ਕੱਲ ਜਦੋਂ ਸ਼ਾਮ ਤੱਕ ਜਦੋਂ ਕੋਈ ਮਸਲਾ ਨਾ ਸੁਲਝਿਆ ਦੇਖਿਆ, ਤੇ ਆਖਰ ਨੂੰ ਆ ਕੇ ਜਿਹੜੀ ਪਰਿਵਾਰ ਵਾਲਿਆਂ ਤੋਂ ਜਿਹੜੀ ਪੂਰੇ ਇਕੱਠ ਦੇ ਵਿੱਚ ਮਾਫ਼ੀ ਮੰਗੀ। ਔਰ ਇੱਥੇ ਇਹ ਮੰਨਦਾ ਕਿ ਜਦੋਂ ਮਾਫ਼ੀ ਮੰਗ ਸਕਦੇ ਆ, ਇੱਕ ਕਿਸਮ ਦਾ ਉਹਨਾਂ ਨੇ ਕਬੂਲ ਹੀ ਕਰ ਲਿਆ ਕਿ ਗਲਤੀ ਹੋਈ ਹੈ ਸਰ। ਔਰ ਵੱਡੀ ਗੱਲ ਹੈ ਰੌਲੀ ਜੀ, ਮਾਫ਼ੀ ਮੰਗਣ ਤੋਂ ਬਾਅਦ ਇਹ ਤਾਂ ਲੋਕ ਫਿਰ ਉਸੇ ਤਰ੍ਹਾਂ ਹੀ ਆਪਣਾ ਕੰਮ ਜਾਰੀ ਰੱਖਣਗੇ, ਕਿਉਂ ਨਹੀਂ ਇਹ ਲੋਕ ਮੰਗ ਕਰਦੇ ਕਿ ਇਸ ਤਰ੍ਹਾਂ ਦੇ ਜਿਹੜੇ ਕੁਛ ਇੱਕ ਹਸਪੀਟਲ ਨੇ ਉਹਨਾਂ ਨੂੰ ਬੰਦ ਕਰਨਾ ਚਾਹੀਦਾ, ਸਰਕਾਰ ਨੂੰ ਔਰ ਪ੍ਰਸ਼ਾਸਨ ਨੂੰ ਅੱਗੇ ਆਉਣਾ ਚਾਹੀਦਾ?
ਬਿਲਕੁਲ ਜੀ ਸੋਮ ਜੀ, ਮੈਂ ਦੱਸਣਾ ਚਾਹੂੰਗਾ ਕਿ ਇਹ ਡਾਕਟਰ ਨਹੀਂ, ਇਹ ਸਾਰੇ ਚੋਰ ਵਾਲੇ ਵੀ ਆ ਮੋਗੇ ਦੇ ਵਿੱਚ। ਜੀ ਜਿੰਨੇ ਵੀ ਡਾਕਟਰ ਸਾਹਿਬ, ਜਿਵੇਂ ਕਿ ਜਿਹੜਾ ਡਾਕਟਰਾਂ ਦਾ ਪ੍ਰਧਾਨ ਆ, ਉਹਦੇ ਡਾਕਟਰ ਤੇ ਵੀ ਪਿੱਛੇ ਛਾਪਾ ਪੈ ਚੁੱਕਿਆ। ਰਾਮਪੁਰਾ ਫੂਲ ਤੋਂ ਟੀਮ ਆਈ ਸੀ ਜਿਨ੍ਹਾਂ ਨੇ ਇਸ ਡਾਕਟਰ ਦੇ ਉੱਪਰ ਮਾਮਲਾ ਦਰਜ ਕੀਤਾ, ਔਰ ਜਦੋਂ ਵੀ ਇਹਨਾਂ ਕਿਸੇ ਡਾਕਟਰ ਤੇ ਭੀੜ ਪੈਂਦੀ ਤੇ ਸਾਰੇ ਇਕੱਠੇ ਹੋ ਕੇ ਇੱਕ ਮੈਜੋਰਿਟੀ ਬਣਾ ਲੈਂਦੇ ਆ, ਔਰ ਕਿਸੇ ਮਰੀਜ਼ ਵਾਲੇ ਦੇ ਪੈਰ ਨਹੀਂ ਲੱਗਣ ਦਿੰਦੇ। ਸਰਕਾਰ ਨੂੰ ਚਾਹੀਦਾ ਅਜਿਹੇ ਡਾਕਟਰਾਂ ਖਿਲਾਫ ਜੇ ਕੋਈ ਆਵਾਜ਼ ਉੱਠਦੀ ਆ ਤੇ ਉਸ ਆਵਾਜ਼ ਨੂੰ ਸੁਣਿਆ ਜਾਵੇ ਤੇ ਇਹਨਾਂ ਤੇ ਬਣਦੀ ਕਾਰਵਾਈ ਹੋਣੀ ਚਾਹੀਦੀ ਸਰ। ਔਰ ਇਸ ਸੰਬੰਧ ਵਿੱਚ ਕਿਸੇ ਨਾਲ ਗੱਲਬਾਤ ਕੀਤੀ? ਬਿਲਕੁਲ ਜੀ, ਇਸ ਸੰਬੰਧ ਵਿੱਚ ਮੋਗਾ ਦੇ SPH ਪਹੁੰਚੇ ਸੀ, ਉਹਨਾਂ ਨਾਲ ਗੱਲਬਾਤ ਹੋਈ। ਉਹਨਾਂ ਨੇ ਕਿਹਾ ਕਿ ਅਸੀਂ ਜਿਹੜੀ ਮਾਮਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰ ਰਹੇ, ਔਰ ਜੇ ਡਾਕਟਰਾਂ ਦਾ ਪ੍ਰਧਾਨ ਸੀ ਡਾਕਟਰ ਮਿੱਤਲ, ਉਹਨਾਂ ਨਾਲ ਵੀ ਗੱਲਬਾਤ ਕੀਤੀ। ਉਹ ਜਿਹੜੀ ਸੱਚਾਈ ਦੇ ਸਾਹਮਣੇ ਆਉਣ ਤੋਂ ਵੀ ਉਹਨਾਂ ਨੇ ਪੂਰਾ ਜਿਹੜਾ ਪੱਖ ਆਪਦਾ ਪੱਖ ਪੂਰਦੇ ਰਹੇ, ਪਰ ਮਰੀਜ਼ ਦਾ ਕਦੇ ਵੀ ਪੱਖ ਨਹੀਂ ਪੂਰਿਆ ਸਰ। ਬਹੁਤ ਬਹੁਤ ਮਿਹਰਬਾਨੀ, ਤੁਸੀਂ ਜਾਣਕਾਰੀ ਦਿੱਤੀ। ਔਰ ਇਸ ਸੰਬੰਧ ਵਿੱਚ ਕੀ ਗੱਲਬਾਤ ਹੋਈ ਹੈ, ਆਓ ਸੁਣਦੇ ਹਾਂ। ਮੇਰੀ ਵਾਈਫ ਦਾ ਹੀ ਟ੍ਰੀਟਮੈਂਟ ਚੱਲਦਾ ਸੀਗਾ, ਬੱਚਾ ਹੋਣ ਵਾਲਾ ਸੀਗਾ। ਕਿਹੜੇ ਹਸਪੀਟਲ 'ਚ ਜੀ? ਇੱਥੇ ਬਸਲਾ, ਅਤੇ ਇੱਥੇ ਸ਼ੁਰੂ ਤੋਂ ਦਵਾਈ ਚੱਲੀ ਹੈ। ਕੋਈ ਵੀ ਪ੍ਰੋਬਲਮ ਜਾਂ ਸੀਗੀ ਸਾਨੂੰ, ਇਹ ਇਹਨਾਂ ਨੇ ਪਹਿਲਾਂ ਕਲੀਅਰ ਨਹੀਂ ਕੀਤੀ ਜੀ ਗੱਲ ਸੀ। ਪਹਿਲਾਂ ਸਾਨੂੰ ਪੂਰਾ ਵਿਸ਼ਵਾਸ ਦਵਾਈ ਦੇ ਵਿੱਚ ਹੋਏਗਾ ਸਾਰਾ ਇਲਾਜ, ਠੀਕ ਹੈ। ਅਸੀਂ ਇਹਨਾਂ ਨੂੰ ਇਹ ਵੀ ਗੱਲ ਕਹੀ, ਜੇ ਤੁਹਾਨੂੰ ਕੋਈ ਗੱਲਬਾਤ ਲੱਗਦੀ ਹੈ ਵੀ ਅਸੀਂ ਹੋਰ ਹਸਪਤਾਲ ਦੇ ਵਿੱਚੋਂ ਫੈਸਲਾ ਲੈ ਲੈਂਦੇ ਕਿਸੇ ਡਾਕਟਰ ਤੋਂ, ਇਹ ਕਹਿੰਦੇ ਨਹੀਂ ਵੀ ਇੱਥੇ ਤੁਸੀਂ ਸੇਫ ਹੋ। ਫਿਰ ਜਦੋਂ ਜਿੱਦੇ ਡਿਲੀਵਰੀ ਹੋਈ ਹੈ ਉਸ ਦਿਨ ਮੁੜ ਕੇ ਮੌਕੇ 'ਤੇ ਸਾਨੂੰ ਇਹਨਾਂ ਮੌਕੇ ਦੇ ਦੇਵਾਂ ਵੀ ਇਹਨਾਂ ਤੋਂ ਗਲਤ ਕੱਟ ਲੱਗਿਆ, ਇਹਨਾਂ ਤੋਂ ਅਣਗਹਿਲੀ ਹੋਈ ਹੈ, ਮੁੜ ਕੇ ਕਹਿੰਦੇ ਸਾਡੇ ਕੋਲ ਪ੍ਰਬੰਧ ਨਹੀਂ। ਫਿਰ ਇਹਨਾਂ ਨੇ ਸਾਨੂੰ ਆਪਦੀ ਮਰਜ਼ੀ ਨਾਲ ਹੀ ਅਪੋਲੋ ਹਸਪਤਾਲ ਲੁਧਿਆਣਾ ਵਿਖੇ, ਇਹਨਾਂ ਨੇ ਰੈਫਰ ਕੀਤਾ ਜੀ ਤੁਹਾਨੂੰ ਅਪੋਲੋ ਹਸਪੀਟਲ ਵਾਸਤੇ? ਹਾਂਜੀ, ਇਹਨਾਂ ਨੇ ਰੈਫਰ ਕੀਤਾ। ਲਿਖ ਕੇ ਦਿੱਤਾ ਸੀਗਾ ਜੀ ਲੈਟਰ ਦੇ ਕੁਛ ਇਹਨਾਂ ਨੇ ਰੈਫਰ ਵਾਸਤੇ? ਹਾਂਜੀ, ਕਿ ਜਵਾਨੀ ਇਹਨਾਂ ਨੇ ਪੇਸ਼ ਕਰਤਾ ਸੀਗਾ ਜੀ? ਇਹਨਾਂ ਨੇ ਲਿਖ ਕੇ ਦਿੱਤਾ ਜੀ ਵੀ ਉੱਥੇ ਉਹਨਾਂ ਕੋਲ ਇਹਨਾਂ ਦੇ ਰਿਕਾਰਡ ਸੀ। ਕਿੰਨਾ ਚਿਰ ਲੁਧਿਆਣੇ ਰਹੇ ਜੀ, ਕਿੰਨਾ ਚਿਰ ਚੰਡੀਗੜ੍ਹ ਰਹੇ ਅਤੇ ਕਦੋਂ ਮੌਤ ਹੋਈ ਜੀ? 14 ਦਿਨ ਉੱਥੇ ਰਹੇ ਹਾਂ ਜੀ, 1 ਤਰੀਕ ਨੂੰ ਇੱਥੋਂ ਰੈਫਰ ਕੀਤਾ ਇਹਨਾਂ ਨੇ, 14 ਤਰੀਕ ਤੱਕ ਅਸੀਂ ਉੱਥੇ ਰਹੇ ਹਾਂ ਅਪੋਲੋ ਦੇ ਵਿੱਚ। ਬਜਟ ਬਹੁਤ ਜ਼ਿਆਦਾ, ਖਰਚਾ ਜ਼ਿਆਦਾ ਹੋ ਰਿਹਾ ਸਾਡਾ, ਅਸੀਂ ਸੋਚਿਆ ਵੀ ਚਲੋ ਨਾਲੇ PGI ਲੈ ਜਾਂਦੇ ਹਾਂ, ਉੱਥੇ ਫਰਕ ਵੀ ਨਹੀਂ ਪਿਆ ਕੋਈ ਇਹਨਾਂ ਨੂੰ, ਕੋਈ ਬਾਹਲਾ ਫਰਕ ਨਹੀਂ ਪਿਆ ਗਾ। ਫਿਰ ਅਸੀਂ ਸੋਚਿਆ ਵੀ ਉੱਥੇ PGI ਲੈ ਜਾਂਦੇ, PGI ਦੇ ਵਿੱਚ ਵੀ ਕੋਈ ਸਾਡੀ ਉੱਥੇ ਅਰੇਂਜਮੈਂਟ ਨਹੀਂ ਹੋਈ। ਅਸੀਂ ਮਰੀਜ਼ ਨੂੰ ਲੈ ਗਏ ਉੱਥੋਂ ਵਾਪਸ, ਅਸੀਂ ਰਾਤੇ ਰਾਤੀ ਵਾਪਸ ਲਿਆ ਕੇ ਫਿਰ DMC 15 ਦੀ ਸੁਬਹਾ 2:30 ਵਜੇ ਦੇ ਕਰੀਬ 15 ਨੂੰ DMC ਆਈ। ਹਾਂਜੀ, ਅਤੇ DMC ਡਾਕਟਰਸ ਨੇ ਕੀ ਦੱਸਿਆ ਤੁਹਾਨੂੰ, ਕਿ ਸੀਰੀਅਸ ਹੈ ਕਿਵੇਂ? ਹਾਂਜੀ, ਡਾਕਟਰ ਸਾਹਿਬ ਕਹਿੰਦੇ ਵੀ ਹਾਲਤ ਬਹੁਤ ਨਾਜ਼ੁਕ ਹੈ ਜੀ, ਸੀਰੀਅਸ ਹੈ, ਅਤੇ ਉਹਨਾਂ ਨੇ ਮੁੜ ਕੇ ਚਲੋ ਆਪਦਾ ਟ੍ਰੀਟਮੈਂਟ ਸ਼ੁਰੂ ਕੀਤਾ। ਮੌਤ ਹੋਈ ਹੈ ਜੀ? ਕੱਲ੍ਹ ਮੌਤ ਹੋਈ ਜੀ, 3:15 ਦੇ। ਬੱਚੇ ਦੀ ਹਾਲਤ ਠੀਕ ਹੈ? ਬੱਚਾ ਠੀਕ ਹੈ ਜੀ, ਗੁੜੀਆ ਹੋਈ ਆ, ਥੋੜ੍ਹੀ ਪੈਰਾਂ ਦੀ ਪ੍ਰੋਬਲਮ। ਕਿੰਨੇ ਬੱਚੇ ਤੁਹਾਡੇ ਪਹਿਲਾਂ? ਮੇਰੇ ਪਹਿਲਾਂ ਇੱਕ ਬੇਟਾ। ਕਿੰਨੀ ਕੁ ਉਮਰ ਹੈ ਜੀ? ਬੇਟਾ 7 ਸਾਲ ਦਾ। ਅੱਜ ਧਰਨਾ ਲਗਾਇਆ ਗਿਆ, ਕੀ ਮੰਗ ਕਰਦੇ ਹੋ, ਕਿਉਂ ਲਗਾਇਆ ਗਿਆ ਧਰਨਾ? ਅਸੀਂ ਇਹਦਾ ਫੈਸਲਾ ਵੀ ਹੋਣ ਲੱਗਿਆ ਸੀਗਾ ਪਰਮਿੰਦਰ ਕੋਲ। ਇੱਕ ਮਿੰਟ ਜੀ, ਹਾਂਜੀ, ਤਾਂ ਕੀ ਮੰਗ ਮੰਗ ਇਹ ਕਰਦੇ ਹਾਂ ਜੀ ਵੀ ਹਸਪਤਾਲ ਦੇ ਨੂੰ ਤਾਲੇ ਲਗਾਏ ਜਾਣ, ਇਹਨਾਂ ਦਾ ਲਾਇਸੈਂਸ ਰੱਦ ਹੋਣਾ ਚਾਹੀਦਾ, ਹਸਪਤਾਲ ਬੰਦ ਹੋਵੇ ਜਿਹੜੀ ਅੱਜ ਸਾਡੇ ਨਾਲ ਗੱਲ ਵਾਪਰੀ ਆ। ਹਰਪਾਲ ਸਿੰਘ, ਕੀ ਗੱਲ ਹੋਈ ਹੈ ਜੀ ਧਰਨਾ ਲਗਾਇਆ ਗਿਆ ਅੱਜ ਹਸਪਤਾਲ ਅੱਗੇ? ਮੇਰੀ ਭੈਣ ਦੀ ਡਿਲੀਵਰੀ ਹੋਣੀ ਸੀਗੀ 1 ਤਰੀਕ, ਇਹ ਗੱਲ ਨਹੀਂ ਹੋਈ। ਮੈਡੀਸਨ ਇਹਨਾਂ ਨੂੰ ਚੱਲਦੀ ਸੀਗੀ ਬਾਂਸਲਾ ਹੋਸਪਿਟਲ ਤੋਂ, ਮੋਗੇ ਤੋਂ, ਜਿਹੜਾ ਖਾਲਸਾ ਰੋਡ 'ਤੇ, ਅਤੇ ਇਹਨਾਂ ਨੇ ਸਾਨੂੰ ਜਾਣੀ ਪਹਿਲਾਂ ਇਨਫੋਰਮ ਨਹੀਂ ਕੀਤਾ। ਪਹਿਲਾਂ ਕਹਿੰਦੇ ਵੀ ਤੁਹਾਨੂੰ ਪ੍ਰੋਬਲਮ ਆ ਸਕਦੀ ਹੈ ਕੇਸ ਦੇ ਵਿੱਚ, ਇਹਨਾਂ ਨੂੰ ਸਾਰਾ ਕੁਝ ਪਤਾ ਸੀਗਾ ਜੀ, ਜੋ ਸਕੈਨਾਂ ਦੇ ਵਿੱਚ ਵੀ ਪ੍ਰੋਬਲਮ ਆਉਣੀ ਪਈ ਸੀ ਇਹਨਾਂ ਨੂੰ ਦਿਖਦੀ ਸੀ। ਇਹਨਾਂ ਨੇ ਸਾਨੂੰ ਦੱਸਣ ਦੇ ਬਾਵਜੂਦ ਬਾਅਦ 'ਚ ਮੌਕੇ ਸਾਨੂੰ ਕਹਿੰਦੇ ਸਾਡੇ ਕੋਲ ਸਾਰਾ ਟ੍ਰੀਟਮੈਂਟ ਹੈਗਾ ਵੀ ਅਸੀਂ ਆਪ ਫੇਸ ਕਰਾਂਗੇ। ਅਸੀਂ ਇਹਨਾਂ ਨੂੰ ਕਿਹਾ ਵੀ ਜੇ ਤੁਹਾਨੂੰ ਪ੍ਰੋਬਲਮ ਲੱਗਦੀ ਆ ਸਾਡੇ ਮਰੀਜ਼ ਦੀ ਕੰਡੀਸ਼ਨ ਦੀ, ਤੁਸੀਂ ਸਾਨੂੰ ਵੀ ਕਿਸੇ ਵੱਡੇ ਹਸਪਤਾਲ ਭੇਜ ਦਿਓ ਵੀ ਸਾਡਾ ਕੇਸ ਖਰਾਬ ਨਹੀਂ ਹੋਣਾ ਚਾਹੀਦਾ। ਇਹਨਾਂ ਨੇ ਇਹ ਗੱਲ ਸੁਣਨ ਦੇ ਬਾਵਜੂਦ ਵੀ ਸਾਡੇ ਕਹਿੰਦੇ ਨਹੀਂ, ਸਾਨੂੰ ਆਪਦੇ ਗੁੰਮਰਾਹ ਕਰੀ ਗਏ ਜੀ ਗੱਲਾਂ ਦੇ ਵਿੱਚ।
ਸਾਨੂੰ ਕਹਿੰਦੇ ਵੀ ਤੁਹਾਡਾ ਅਸੀਂ ਮਰੀਜ਼ ਦਾ ਕੇਸ ਅਸੀਂ ਇੱਥੇ ਹੀ ਕਰਾਂਗੇ, ਅਤੇ ਅਸੀਂ ਇਹਨਾਂ ਨੂੰ ਫਿਰ ਵੀ ਦੁਬਾਰਾ ਇੱਕ ਦੋ ਵਾਰ ਫਿਰ ਇਹਨਾਂ ਨੂੰ ਉੱਥੇ ਅੰਦਰ ਹੀ ਕਿਹਾ ਵੀ ਸਾਡਾ ਪੇਸ਼ੈਂਟ ਦਾ ਵੀ ਨੁਕਸਾਨ ਨਹੀਂ ਹੋਣਾ ਚਾਹੀਦਾ, ਵੀ ਸਾਨੂੰ ਸਹੀ ਥਾਂ 'ਤੇ ਸਾਡਾ ਟ੍ਰੀਟਮੈਂਟ ਹੋਣਾ ਚਾਹੀਦਾ। ਮੇਰਾ ਇਹ ਕਾਰਨ ਹੈ ਜੀ, ਇਹ ਅੱਜ ਤੋਂ ਨਾ 12-15 ਦਿਨ ਪਹਿਲਾਂ ਵੀ ਅਸੀਂ ਇੱਥੇ ਡਾਕਟਰ ਸਾਹਿਬ ਦੇ ਇੱਥੇ ਆਏ ਸੀਗੇ ਬਾਹਰ, ਇਹਨਾਂ ਨੂੰ ਮੈਡਮ ਵੀ ਤੁਹਾਡੇ ਤੋਂ ਵੀ ਜਿਹੜਾ ਆਪਰੇਸ਼ਨ ਆ ਉਹ ਗਲਤ ਹੋ ਗਿਆ, ਤੁਹਾਡੇ ਤੋਂ ਵੀ ਕੱਟ ਲੱਗ ਗਿਆ, ਉਹਨਾਂ 2 ਗ੍ਰਾਮ ਖੂਨ ਰਹਿ ਗਿਆ ਸੀਗਾ। ਇਹ ਸਾਡਾ ਆਪਦਾ ਹੀ ਪਰਿਵਾਰ ਆ, ਸਾਡੇ ਪਿੰਡ ਤੋਂ ਪਿੰਡ ਮੌੜ ਨੌਬਾਦ ਇਹਨਾਂ ਦਾ। ਅਸੀਂ ਜਦੋਂ ਡਾਕਟਰ ਸਾਹਿਬ ਨੂੰ ਮਿਲਣ ਆਏ ਤਾਂ ਚਲੋ ਇਹਨਾਂ ਨੇ ਜਾਂ ਤਾਂ ਸਾਨੂੰ ਪਹਿਚਾਣ ਲਿਆ ਜਾਂ ਕਿਵੇਂ, ਅਸੀਂ 5-7 ਬੰਦੇ ਹੀ ਸੀਗੇ ਉਸ ਦਿਨ ਪਿੰਡ ਦੇ, ਵੀ ਡਾਕਟਰ ਸਾਹਿਬ ਨੂੰ ਮਤਲਬ ਉਹਨਾਂ ਦੀ ਗਲਤੀ ਦਾ ਅਹਿਸਾਸ ਤਾਂ ਕਰਾਇਆ ਜਾਵੇ ਨਾ ਵੀ ਜਿਹੜੀ ਤੁਸੀਂ ਗਲਤੀ ਕੀਤੀ ਆ। ਇਹਨਾਂ ਕੋਲ 2.5-3 ਕਿੱਲੇ ਜ਼ਮੀਨ ਹੈ ਔਰ ਹਰ ਰੋਜ਼ 1 ਲੱਖ ਰੁਪਈਆ ਖਰਚਾ ਆ ਰਿਹਾ ਸੀ ਲੁਧਿਆਣੇ, ਜਿੰਨਾ ਦਿਨ ਵੀ ਰਹੇ ਹਰ ਰੋਜ਼ ਡੇਲੀ ਦਾ 1 ਲੱਖ ਰੁਪਈਆ। ਔਰ ਤੁਸੀਂ ਅਪੋਲੋ ਦੇ ਜਿਹੜਾ ਹੈਗਾ ਨਾ ਜੀ, ਬੈੱਲ ਤੋਂ ਵੈਰੀਫਾਈ ਹੋ ਸਕਦੀਆਂ, ਮਤਲਬ ਅਸੀਂ ਜਿੰਨੀ ਗੱਲ ਕਰਾਂਗੇ ਕੋਈ ਇਹ ਨਹੀਂ ਵੀ ਮੂੰਹ ਜਵਾਨੀ ਹੈ, ਮਤਲਬ ਉਹ ਗੱਲ ਦਾ ਲਿਖਤੀ ਸਬੂਤ ਨੇ ਸਾਰੇ ਬੈੱਲ ਨੇ। ਅਸੀਂ ਉੱਥੇ ਇਹਨਾਂ ਨੂੰ ਇਹੀ ਕਹਿਣ ਆਏ ਸੀ, ਚਲੋ ਇਹਨਾਂ ਨੇ ਆਪਦੇ ਕਿਸੇ ਰਿਸ਼ਤੇਦਾਰਾਂ ਤੋਂ ਸਾਨੂੰ ਫੋਨ ਕਰਾਤਾ ਵੀ ਯਾਰ ਤੁਸੀਂ ਸਾਡੇ ਨਾਲ ਇਵੇਂ ਨਾ ਕਰੋ, ਅਤੇ ਵੀ ਆਪਾਂ ਬੈਠ ਕੇ ਗੱਲ ਦਾ ਵੀ ਤੁਹਾਡਾ ਹੱਲ ਕੱਢ ਦਿੰਦੇ ਹਾਂ, ਵੀ ਸਾਡੇ ਤੋਂ ਗਲਤੀ ਤਾਂ ਹੋਈ ਹੈ। ਕੁਛ ਡਾਕਟਰ ਸਾਹਿਬ ਵੀ ਸਾਨੂੰ ਮਿਲਣ ਗਏ, ਅਸੀਂ 2-3 ਵਾਰ ਇਹਨਾਂ ਨਾਲ ਬੈਠੇ ਵੀ, ਪਰ ਇਹਨਾਂ ਦਾ ਜਿਹੜਾ ਰਵੱਈਆ ਸੀਗਾ ਉਸ ਟਾਈਮ ਤਾਂ ਠੀਕ ਸੀਗਾ ਵੀ ਤੁਹਾਡਾ ਹੱਲ ਕਰਦੇ ਆ, ਬਾਅਦ 'ਚ ਇਹਨਾਂ ਨੂੰ ਪਤਾ ਨਹੀਂ ਕੀ ਹੈ ਇਹਨਾਂ ਦਾ ਰਵੱਈਏ 'ਚ ਇੱਕਦਮ ਚੇਂਜ ਆ ਗਈ, ਮੁੜ ਕੇ ਸਾਡੇ ਨਾਲ ਇਹਨਾਂ ਨੇ ਕੋਈ ਸੰਪਰਕ ਨਹੀਂ ਕੀਤਾ। 31 ਦਸੰਬਰ ਦੀ ਰਾਤ ਨੂੰ ਪੇਸ਼ੈਂਟ ਆਇਆ ਸੀਗਾ, 2 ਜਗ੍ਹਾ ਅਲਟਰਾਸਾਊਂਡ ਦੀ ਰਿਪੋਰਟ ਇਹਨਾਂ ਦੀ ਪਹਿਲਾਂ ਹੋਈ ਵੀ ਸੀ ਅਤੇ ਉਹ ਰਿਪੋਰਟ ਨਾਲ ਲੈ ਕੇ ਆਏ ਸੀ। ਰਿਪੋਰਟ ਦੇ ਹਿਸਾਬ ਨਾਲ ਬੱਚੇ ਦੀ ਔਲ ਜਿਹੜੀ ਹੈ ਉਹ ਬੱਚੇਦਾਨੀ ਦੇ ਮੂੰਹ ਦੇ ਉੱਤੇ ਲੱਗੀ ਵੀ ਸੀਗੀ। ਇਸ ਹਾਲਤ 'ਚ ਇੱਕੋ ਹੀ ਇਲਾਜ ਹੁੰਦਾ, ਦੁਨੀਆ ਦੇ ਕਿਸੇ ਵੀ ਹਸਪਤਾਲ 'ਚ ਆਪਰੇਸ਼ਨ ਤੋਂ ਬਿਨਾਂ ਇਹਦਾ ਕੋਈ ਹੱਲ ਨਹੀਂ ਹੈ। ਆਪਰੇਸ਼ਨ ਅਗਲੇ ਦਿਨ ਸਵੇਰੇ ਇਹਨਾਂ ਨੂੰ ਸਮਝਾਇਆ ਗਿਆ ਸੀਗਾ ਵੀ ਬੱਚਾ ਮਤਲਬ ਇਹ ਇੱਕ ਸੀਰੀਅਸ ਆਪਰੇਸ਼ਨ ਹੁੰਦਾ, ਇਹਦੇ 'ਚ ਦਿੱਕਤ ਆ ਸਕਦੀ ਹੁੰਦੀ ਹੈ, ਜੋ ਵੀ ਦਿੱਕਤ ਆ ਮਤਲਬ ਕੋਈ ਬਲੀਡਿੰਗ ਵਗੈਰਾ ਦੇ ਖਤਰੇ ਨੂੰ ਸਾਹਮਣੇ ਰੱਖਦੇ ਹੋਏ ਖੂਨ ਦਾ ਪੂਰਾ ਇੰਤਜ਼ਾਮ ਵੀ ਨਾਲ ਰੱਖਿਆ ਗਿਆ ਸੀ। ਜਦੋਂ ਆਪਰੇਸ਼ਨ ਤੋਂ ਬਾਅਦ ਬਲੀਡਿੰਗ ਬੱਚੇਦਾਨੀ ਨਹੀਂ ਸੁੰਗੜੀ, ਕਿਉਂਕਿ ਬਲੀਡਿੰਗ ਰੁਕਣ ਦਾ ਕੁਦਰਤੀ ਤਰੀਕਾ ਬੱਚਾ ਹੋਣ ਤੋਂ ਬਾਅਦ ਇੱਕੋ ਹੀ ਹੁੰਦਾ, ਬੱਚੇਦਾਨੀ ਸੁੰਗੜ ਜਾਂਦੀ ਹੈ, ਖੂਨ ਦੀਆਂ ਨਾੜੀਆਂ ਬਲੌਕ ਹੋ ਜਾਂਦੀਆਂ ਅਤੇ ਖੂਨ ਆਉਣਾ ਬੰਦ ਹੋ ਜਾਂਦਾ। ਜੇ ਕਿਸੇ ਹਾਲਤ ਦੇ ਵਿੱਚ ਬੱਚੇਦਾਨੀ ਨਾ ਸੁੰਗੜੇ, ਕਈ ਕਾਰਨਾਂ ਕਰਕੇ ਬੱਚੇਦਾਨੀ ਨਹੀਂ ਸੁੰਗੜਦੀ, ਤਾਂ ਬਲੀਡਿੰਗ ਜਿਹੜੀ ਹੈਗੀ ਹੈ ਉਹ ਕੰਟੀਨਿਊ ਰਹਿੰਦੀ ਹੈ। ਉਸ ਹਾਲਾਤ 'ਚ ਇਲਾਜ ਇੱਕੋ ਹੀ ਪੋਸੀਬਲ ਹੁੰਦਾ ਵੀ ਬਲੱਡ ਲਗਾਈਏ ਅਤੇ ਬੱਚੇਦਾਨੀ ਦਾ ਆਪਰੇਸ਼ਨ ਕਰਕੇ ਨਾਲ ਦੀ ਨਾਲ ਕੱਢ ਦਿੱਤਾ ਜਾਵੇ। ਇਹਨਾਂ ਦੇ ਕੇਸ 'ਚ ਜਦੋਂ ਆਪਰੇਸ਼ਨ ਹੋਇਆ ਔਰ ਬਲੀਡਿੰਗ ਸ਼ੁਰੂ ਹੋਈ ਹੈ ਤਾਂ ਇਹਨਾਂ ਦੀ ਬੱਚੇਦਾਨੀ ਅਤੇ ਔਲ ਦੋਨੋਂ ਪਿਸ਼ਾਬ ਦੀ ਥੈਲੀ ਨਾਲ ਚਿਪਕੇ ਹੋਏ ਸੀਗੇ। ਉਹਨੂੰ ਪਹਿਲਾਂ ਪਤਾ ਲਾਉਣ ਦਾ ਕੋਈ ਤਰੀਕਾ ਨਹੀਂ ਹੁੰਦਾ, ਨਾ ਅਲਟਰਾਸਾਊਂਡ ਨਾ ਹੋਰ ਕੋਈ ਤਰੀਕਾ, ਇਹ ਟੇਬਲ 'ਤੇ ਹੀ ਆਪਰੇਸ਼ਨ ਦੇ ਦੌਰਾਨ ਹੀ ਪਤਾ ਲੱਗਦਾ। ਉਸ ਟਾਈਮ ਜੋ ਸਭ ਤੋਂ ਵਧੀਆ ਚੀਜ਼ ਹੁੰਦੀ ਹੈ ਵੀ ਇਹਨੂੰ ਪੈਕ ਕਰਕੇ ਬਲੱਡ ਚੜਾਇਆ ਜਾਵੇ ਕਿਸੇ ਵੱਡੇ ਸੈਂਟਰ 'ਚ ਜਿੱਥੇ ਆਪਣਾ ਪਿਸ਼ਾਬ ਦੀ ਥੈਲੀ ਦਾ ਵੀ ਕੁਛ ਇੰਤਜ਼ਾਮ ਕੀਤਾ ਜਾ ਸਕੇ। ਹੋਰ ਇਸ ਤਰੀਕੇ ਨਾਲ ਇਹਦੇ ਨਾਲ ਮਿਲਦੇ ਜੁਲਦੇ ਕਈ ਚੀਜ਼ਾਂ ਨਾਲ ਸਾਨੂੰ ਕਰਨੀਆਂ ਪੈਂਦੀਆਂ, ਤਾਂ ਉੱਥੇ ਆਪਰੇਸ਼ਨ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਪੇਸ਼ੈਂਟ ਨੂੰ ਸਟੇਬਲਾਈਜ਼ ਕਰਕੇ ਪ੍ਰੋਪਰਲੀ ਐਂਬੂਲੈਂਸ 'ਚ ਸ਼ਿਫਟ ਕੀਤਾ ਗਿਆ। ਜਦੋਂ ਇਹ ਵੱਡੇ ਹੋਸਪਿਟਲ ਦੇ ਵਿੱਚ ਪਹੁੰਚਿਆ ਉਹਨਾਂ ਨੇ ਵੀ ਨਾਲ ਦੀ ਨਾਲ ਆਪਰੇਸ਼ਨ ਕਰਨ ਦੀ ਬਜਾਏ ਇੱਕ ਵਾਰੀ ਯੂਟਰਾਈਨ ਆਰਟਰੀ ਦੇ ਵਿੱਚ ਐਂਬੂਲੈਂਸ ਕਰਕੇ ਉਹਨੂੰ ਬਲੀਡਿੰਗ ਰੋਕਣ ਦੀ ਕੋਸ਼ਿਸ਼। ਬੱਚੇਦਾਨੀ ਉਦੋਂ ਵੀ ਨਹੀਂ ਸੀ ਸੁੰਗੜੀ,
ਮਤਲਬ ਇਹ ਹੈ ਵੀ ਬੱਚੇਦਾਨੀ ਆਪਦੇ ਸੁੰਗੜਨ ਦੀ ਤਾਕਤ ਗੁਆ ਚੁੱਕੀ ਸੀ। ਇਸ ਹਾਲਤ ਦੇ ਵਿੱਚ ਕਿਸੇ ਵੀ ਸੈਂਟਰ 'ਚ ਬਲੀਡਿੰਗ ਨਹੀਂ ਸੀ ਰੁਕ ਸਕਦੀ। ਬਾਅਦ ਦੇ ਵਿੱਚ ਪੇਸ਼ੈਂਟ 30-35 ਦਿਨ ਇਲਾਜ ਕਰਾਉਂਦਾ ਰਿਹਾ, ਢਿੱਲਾ ਹੋ ਗਿਆ ਤਾਂ ਵੈਂਟੀਲੇਟਰ 'ਤੇ ਵੀ ਚਲਾ ਗਿਆ, ਇਨਫੈਕਸ਼ਨਸ ਵੀ ਹੋ ਗਈਆਂ। ਉਹ ਸਾਰੀਆਂ ਕੰਪਲੀਕੇਸ਼ਨਸ ਹੈ ਜਿਹੜੀਆਂ ਉਹ ਪੋਸਟ ਆਪਰੇਟਿਵ ਟ੍ਰੀਟਮੈਂਟ ਦੇ ਦੌਰਾਨ ਲੰਬੀ ਪ੍ਰੋਲੋਂਗਡ ਜਦੋਂ ਹੋਸਪਿਟਲਾਈਜੇਸ਼ਨ ਹੋ ਜਾਂਦੀ ਹੈ ਉਹ ਕੰਪਲੀਕੇਸ਼ਨਸ ਆਉਣੀਆਂ ਸ਼ੁਰੂ ਹੋ ਜਾਂਦੀਆਂ ਹੁੰਦੀਆਂ। ਵਿੱਚੋਂ PGI ਵੀ ਲੈ ਕੇ ਗਏ, PGI 'ਚ ਵੀ ਬੈੱਡ ਨਹੀਂ ਮਿਲਿਆ। ਕਾਫੀ ਟਾਈਮ, ਕੀਮਤੀ ਟਾਈਮ ਉਸ ਗੱਲ 'ਚ ਵੀ ਖਰਾਬ ਹੋ ਗਿਆ। ਵਾਪਸ ਦੂਸਰੇ ਹਸਪਤਾਲ 'ਚ ਲੈ ਕੇ, ਮਤਲਬ ਇਹਨਾਂ ਸਾਰੀਆਂ ਗੱਲਾਂ ਦੇ ਕਾਰਨ ਅਨਫੋਰਚੁਨੇਟਲੀ ਜੋ ਹੋਇਆ ਅੰਤ ਨਤੀਜਾ ਇਹ ਨਿਕਲਿਆ ਵੀ 35 ਦਿਨ ਦੇ ਇਲਾਜ ਤੋਂ ਬਾਅਦ ਮਰੀਜ਼ ਦੀ ਮੌਤ ਹੋ ਗਈ। ਹੁਣ ਇਹਦੇ 'ਚ ਬਾਂਸਲ ਹੋਸਪਿਟਲ ਦਾ ਰੋਲ ਸਿਰਫ ਇੰਨਾ ਕੁ ਸੀਗਾ ਵੀ ਜਦੋਂ ਪੇਸ਼ੈਂਟ ਆਇਆ ਡਿਲੀਵਰੀ ਦੇ ਦੌਰਾਨ ਉਹਨਾਂ ਨੇ ਸਿਜ਼ੇਰੀਅਨ ਕਰਕੇ ਅਤੇ ਨਾਲ ਦੀ ਨਾਲ ਉਹਨੂੰ ਬਲੱਡ ਵਗੈਰਾ ਲਗਾ ਕੇ ਸਟੇਬਲਾਈਜ਼ ਕਰਕੇ ਪੇਸ਼ੈਂਟ ਨੂੰ ਵੱਡੇ ਹੋਸਪਿਟਲ 'ਚ ਲੁਧਿਆਣੇ ਸ਼ਿਫਟ ਕਰਤਾ ਸੀ। ਉਸ ਦੌਰਾਨ ਨਾ ਤਾਂ ਕੋਈ ਹਸਪਤਾਲ ਵੱਲੋਂ ਅਣਗਹਿਲੀ ਹੋਈ ਹੈ, ਨਾ ਕੋਈ ਅੰਦਰ ਕੋਈ ਸਿਜ਼ੇਰੀਅਨ ਦੇ ਵਿੱਚ ਕੋਈ ਬਲੀਡਿੰਗ ਵਗੈਰਾ ਦਾ ਕੋਈ ਮਤਲਬ ਉਸ ਤਰੀਕੇ ਨਾਲ ਇੰਜਰੀ ਵਗੈਰਾ ਹੋਈ ਹੈ। ਇਹ ਬੱਚੇਦਾਨੀ ਨਹੀਂ ਸੁੰਗੜੀ, ਇਹਦੇ 'ਚ ਡਾਕਟਰ ਕੁਛ ਨਹੀਂ ਕਰ ਸਕਦੇ ਹੁੰਦੇ। ਪਰਿਵਾਰ ਵਾਲਿਆਂ ਦਾ ਵੀ ਕਹਿਣਾ ਹੈ ਜੀ, ਜਦੋਂ ਇਲਾਜ ਚੱਲ ਰਿਹਾ ਸੀਗਾ ਉਸ ਤੋਂ ਬਾਅਦ ਡਾਕਟਰ ਸਾਹਿਬ ਨਾਲ ਗੱਲ ਹੋਈ ਹੈ, ਪਰ ਡਾਕਟਰ ਸਾਹਿਬ ਦਾ ਦੋ ਤਿੰਨ ਦਿਨ ਬਾਅਦ ਮਿਲਣ ਤੋਂ ਬਾਅਦ ਜਿਹੜਾ ਰਵੱਈਆ ਬਹੁਤ ਗਲਤ ਹੋ ਗਿਆ ਸੀਗਾ, ਸਹੀ ਤਰ੍ਹਾਂ ਨਾਲ ਉਹਨਾਂ ਨਾਲ ਗੱਲਬਾਤ ਨਹੀਂ ਕੀਤੀ ਗਈ ਪਰਿਵਾਰ ਵਾਲਿਆਂ ਨਾਲ ਜਦੋਂ ਇਲਾਜ ਹੋਰ ਹਸਪਤਾਲ ਨਾਲ ਚੱਲ ਰਿਹਾ ਸੀ। ਦੇਖੋ ਇਹਦਾ ਨਾ ਤਾਂ ਇਲਾਜ ਨਾਲ ਕੋਈ ਤਾਲੁਕ ਹੈ, ਨਾ ਇਹ ਕਈਆਂ ਸੁਣੀਆਂ ਗੱਲਾਂ ਹੁੰਦੀਆਂ ਜਦੋਂ ਕਿਸੇ ਘਰ ਮਰੀਜ਼ ਦੇ 'ਤੇ ਕੋਈ ਵਿਪਦਾ ਵਾਪਰਦੀ ਹੈ, ਪਰਿਵਾਰ ਦੇ ਲੋਕ ਗੁੱਸੇ 'ਚ ਹੁੰਦੇ ਆ, ਰੰਜਿਸ਼ ਹੁੰਦੀ ਹੈ, ਉਸ ਟਾਈਮ ਸਾਨੂੰ ਵੀ ਇਹ ਕਿਹਾ ਜਾਂਦਾ ਵੀ ਤੁਸੀਂ ਬਹੁਤ ਲੰਬੀ ਚੌੜੀ ਗੱਲਬਾਤ, ਨਾ ਉਹ ਸੁਣਨ ਦੇ ਲਈ ਤਿਆਰ ਹੁੰਦੇ, ਨਾ ਸਾਡੇ ਤੋਂ ਸਾਨੂੰ ਇਸ ਗੱਲ ਦੀ ਸਲਾਹ ਦਿੱਤੀ ਜਾਂਦੀ ਵੀ ਅਸੀਂ ਰਿਸ਼ਤੇਦਾਰਾਂ ਨਾਲ ਕੋਈ ਲੰਬੀ ਗੱਲ ਕਰੀਏ, ਕਿਉਂਕਿ ਜੋ ਟੈਕਨੀਕਲ ਗੱਲ ਹੈ ਉਹ ਟੈਕਨੀਕਲ ਬੰਦੇ ਸਮਝ ਸਕਦੇ। ਉਹਨਾਂ ਨੂੰ ਅਸੀਂ ਜਿੰਨਾ ਮਰਜ਼ੀ ਸਮਝਾਈ ਜਾਈਏ ਵੀ ਬੱਚੇਦਾਨੀ ਨਹੀਂ ਸੁੰਗੜ ਰਹੀ ਤਾਂ ਅਸੀਂ ਕੁਛ ਨਹੀਂ ਕਰ ਸਕਦੇ, ਉਹ ਇਸ ਗੱਲ ਨੂੰ ਨਹੀਂ ਸਮਝਦੇ, ਤਾਂ ਹੁਣ ਇਹਦੇ 'ਚ ਡਾਕਟਰ ਦਾ ਕੀ ਕਸੂਰ ਹੈ? ਡਾਕਟਰ ਨੇ ਆਪਣੇ ਸ਼ਬਦਾਂ ਵਿੱਚ ਪਿਆਰ ਨਾਲ 2-3 ਵਾਰੀ ਇਹਨਾਂ ਨੂੰ ਇਸ ਗੱਲ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਹੁਣ ਅਨਫੋਰਚੁਨੇਟਲੀ ਹੁਣ ਕੋਈ ਪਰਿਵਾਰ ਵਾਲਿਆਂ ਨਾਲ ਗੱਲ ਹੋਈ ਤੁਹਾਡੀ ਸਰ? ਦੇਖੋ ਪਰਿਵਾਰ ਵਾਲਿਆਂ ਨਾਲ ਅਸੀਂ ਇਹਨਾਂ ਨੂੰ 1-2 ਮੌਕਿਆਂ 'ਤੇ ਮੈਂ ਪਰਸਨਲੀ ਵੀ ਸਮਝਾਉਣ ਦੀ ਕੋਸ਼ਿਸ਼ ਕੀਤੀ ਇਹੀ ਗੱਲ, ਪਰ ਉਹ ਹੁਣ ਮੇਰਾ ਖਿਆਲ ਹੈ ਵੀ ਨਹੀਂ ਉਹਨਾਂ ਨੂੰ ਇਸ ਗੱਲ ਨੂੰ ਸਮਝਣ ਲਈ ਤਿਆਰ ਹੈਗੇ ਆ। ਕੀ ਕਹਿ ਕੀ ਰਹੇ, ਕੀ ਮੰਗ ਕਰ ਰਹੇ? ਕੋਈ ਮੰਗ ਸਾਡੇ ਕੋਲੋਂ ਤਾਂ ਹਜੇ ਤੱਕ ਇਹਨਾਂ ਨੇ ਕੀਤੀ ਨਹੀਂ ਹੈ, ਇਹਨਾਂ ਨੇ ਤਾਂ ਸਿੱਧਾ ਹਸਪਤਾਲ ਨੂੰ ਘੇਰ ਕੇ ਅਤੇ ਧਰਨਾ ਦਿੱਤਾ, ਰਸਤਾ ਬੰਦ ਕਰਤਾ, ਜਿਹੜੇ ਅੰਦਰ ਮਰੀਜ਼ ਪਏ ਆ, ਕੁਛ ਡਿਲੀਵਰੀ ਵਾਲੇ ਪੇਸ਼ੈਂਟ ਪਏ ਆ, ਸਿਜ਼ੇਰੀਅਨ ਵਾਲੇ ਪਏ ਆ, ਕੁਛ ਹੱਡੀਆਂ ਦੇ ਮਰੀਜ਼ ਪਏ ਆ, ਨਾ ਕੋਈ ਬਾਹਰੋਂ ਅੰਦਰ ਆ ਸਕਦਾ, ਨਾ ਕੋਈ ਅੰਦਰੋਂ ਬਾਹਰ ਜਾ ਸਕਦਾ, ਸਾਡਾ ਖਰਾਬ ਕੀਤਾ ਹੋਇਆ ਸਟਾਫ, ਕੁੜੀਆਂ ਦਾ ਸਟਾਫ ਅਤੇ ਡਾਕਟਰ, ਲੇਡੀ ਡਾਕਟਰ ਇੱਥੇ ਫਸੇ ਹੋਏ ਆ, ਇਹਨਾਂ ਦੇ ਲਈ ਹਾਲਾਤ ਕਾਫੀ ਖਰਾਬ ਕਰ ਦਿੱਤੇ ਗਏ ਆ। ਪਰਿਵਾਰ ਦਾ ਇਹ ਵੀ ਕਹਿਣਾ ਵੀ ਟ੍ਰੀਟਮੈਂਟ ਬੱਚੇ ਦਾ ਪਹਿਲਾਂ ਤੋਂ ਇੱਥੇ ਚੱਲ ਰਿਹਾ ਸੀਗਾ, ਫਿਰ ਤਾਂ ਨਵਾਂ ਨਹੀਂ ਸੀ ਲੈ ਕੇ ਆਉਂਦਾ ਪੇਸ਼ੈਂਟ ਉਹਨਾਂ ਨੇ, ਪਹਿਲਾਂ ਵੀ ਉਦੋਂ ਦਵਾਈ ਇੱਥੇ ਚੱਲਦੀ ਸੀਗੀ? ਬਿਲਕੁਲ ਜੀ, ਚੱਲ ਰਹੀ ਸੀਗੀ, 2 ਵਾਰੀ ਇਹਨਾਂ ਦਾ ਅਲਟਰਾਸਾਊਂਡ ਵੀ ਹੋਇਆ, ਔਰ ਦੋਨੋਂ ਪ੍ਰਾਈਵੇਟ ਅਲੱਗ ਆਪਣਾ ਕਰਵਾ ਕੇ ਲੈ ਕੇ ਆਏ ਆ, ਠੀਕ ਹੈ, ਉਹਨਾਂ ਅਲਟਰਾਸਾਊਂਡਸ ਦੇ ਆਧਾਰ 'ਤੇ ਹੀ ਇਲਾਜ ਕੀਤਾ ਗਿਆ। ਉਹਦੇ 'ਚ ਜੋ ਗਾਈਡਲਾਈਨਸ ਬਣਦੀਆਂ ਇੰਟਰਨੈਸ਼ਨਲ ਗਾਈਡਲਾਈਨਸ ਡਿਲੀਵਰੀ ਅਤੇ ਸਿਜ਼ੇਰੀਅਨ ਦੇ ਲਈ ਜੋ ਹੈਗੀਆਂ, ਉਹ ਸਾਰੀਆਂ ਪ੍ਰੀਕੋਸ਼ਨਸ ਲੈ ਕੇ ਇਹਨਾਂ ਨੂੰ ਦੱਸ ਕੇ, ਉਦੋਂ ਵੀ ਇਹਨਾਂ ਨੂੰ ਦੱਸਿਆ ਗਿਆ ਸੀ ਵੀ ਬੱਚੇ ਦੀ ਜਿਹੜੀ ਔਲ ਹੈ ਉਹ ਥੋੜ੍ਹੀ ਜਿਹੀ
ਗਲਤ ਜਗ੍ਹਾ 'ਤੇ ਚਿੰਬੜੀ ਹੋਈ ਹੈ ਅਤੇ ਇਹਦੇ 'ਚ ਰਿਸਕ ਰਹਿੰਦਾ। ਤੁਸੀਂ ਚਾਹੋ ਤਾਂ ਕਿਸੇ ਹੋਰ ਹਸਪਤਾਲ 'ਚ ਜਾਂ ਵੱਡੇ ਹੋਸਪਿਟਲ 'ਚ ਜਾਂ ਕਿਸੇ ਮੋਗੇ 'ਚ ਵੀ ਕਿਤੇ ਹੋਰ ਜਾਣਾ ਚਾਹੁੰਦੇ ਹੋ ਤਾਂ ਤੁਸੀਂ ਜਾ ਸਕਦੇ ਹੋ, ਪਰ ਕਿਉਂਕਿ ਇਹ ਪਰਿਵਾਰ ਪੁਰਾਣਾ ਜੁੜਿਆ ਹੋਇਆ, ਇਹਨਾਂ ਦੇ ਕਈ ਡਿਲੀਵਰੀਜ਼ ਇੱਥੇ ਪਹਿਲਾਂ ਹੋ ਚੁੱਕੀਆਂ ਅਤੇ ਇਹਨਾਂ ਦੀ ਰਿਕੁਐਸਟ ਇਹ ਸੀ ਵੀ ਅਸੀਂ ਬਾਹਰ ਹੋਰ ਕਿਤੇ ਨਹੀਂ ਜਾਣਾ ਚਾਹੁੰਦੇ, ਸਾਡੇ ਲਈ ਵੀ ਔਖਾ ਅਤੇ ਵੀ ਤੁਸੀਂ ਹੀ ਕਰੋ, ਠੀਕ ਹੈ। ਔਰ ਇਹਦੇ 'ਚ ਵੀ ਮੈਂ ਸਮਝਦਾ ਵੀ ਕੁਛ ਮਿਸਅੰਡਰਸਟੈਂਡਿੰਗ ਹੈ, ਉਹਨਾਂ ਨੂੰ ਅਸੀਂ ਮਤਲਬ ਇਹ ਚੀਜ਼ਾਂ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਪਰ ਇੱਕ ਵਾਰੀ ਜਦੋਂ ਮਿਸਅੰਡਰਸਟੈਂਡਿੰਗ ਹੋ ਜਾਏ ਇੱਕ ਡਾਕਟਰ ਅਤੇ ਪੇਸ਼ੈਂਟ ਦੇ ਵਿੱਚ, ਇਸ ਰਿਲੇਸ਼ਨਸ਼ਿਪ 'ਤੇ ਦਰਾਰ ਆ ਹੀ ਜਾਂਦੀ ਹੈ। ਜਦਕਿ ਮੈਂ ਸਮਝਦਾ ਵੀ ਸਮਾਜ ਦੇ ਵਿੱਚ ਸਭ ਤੋਂ ਚੰਗੀ ਚੀਜ਼ ਇਹ ਹੈ ਵੀ ਜੇ ਡਾਕਟਰ ਅਤੇ ਪੇਸ਼ੈਂਟ ਦਾ ਇੱਕ ਰਿਸ਼ਤਾ ਚੰਗਾ ਬਣਿਆ ਰਹੇ ਤਾਂ ਦੋਨਾਂ ਦਾ ਇੱਕ ਦੂਜੇ 'ਤੇ ਫੇਥ ਰਹੇ ਤਾਂ ਇਹ ਸਮਾਜ ਨੂੰ ਇੱਕ ਸਹੀ ਤਰੀਕੇ ਨਾਲ ਇਲਾਜ ਮਿਲ ਸਕਦਾ। ਸਾਡੇ ਜਿਹੜੇ ਛੋਟੇ ਹੋਸਪਿਟਲ ਹੈ ਉਹ ਤੁਹਾਨੂੰ 24 ਘੰਟੇ ਘੱਟ ਕੋਸਟ 'ਤੇ, ਕਾਰਪੋਰੇਟ ਹੋਸਪਿਟਲਸ ਨਾਲੋਂ ਘੱਟ ਕੋਸਟ 'ਤੇ 24 ਘੰਟੇ ਆਂਢ ਗੁਆਂਢ 'ਚ ਥੋੜ੍ਹੇ ਡਿਸਟੈਂਸ 'ਤੇ ਤੁਹਾਨੂੰ ਇਲਾਜ ਪ੍ਰੋਵਾਈਡ ਕਰਦੇ ਆ। ਉਹਦੇ ਵਿੱਚ ਡਾਕਟਰਸ ਦੀ ਬਹੁਤ ਐਫਰਟ ਲੱਗਦੀ ਹੈ, 24 ਘੰਟੇ ਡਾਕਟਰਸ ਆਪਣਾ ਕੀਮਤੀ ਪਰਿਵਾਰਿਕ ਕੰਮ ਵਗੈਰਾ ਵੀ ਛੱਡ ਕੇ ਤੁਹਾਡੇ ਲਈ ਬੈਠੇ ਰਹਿੰਦੇ ਆ, ਮਰੀਜ਼ ਦੇ ਸਿਰਾਣੇ ਬੈਠੇ ਰਹਿੰਦੇ ਆ, ਜੋ ਕੁਛ ਮਰੀਜ਼ ਨੂੰ ਚਾਹੀਦਾ ਡਾਕਟਰ ਦੇਣ ਦੀ ਕੋਸ਼ਿਸ਼ ਕਰਦੇ ਆ, ਪਰ ਮੈਡੀਕਲ ਪ੍ਰੋਫੈਸ਼ਨ ਐਸੀ ਲੈ। ਦੋਸਤੋ ਦੇਖਿਆ ਤੁਸੀਂ ਕਿਸ ਤਰ੍ਹਾਂ ਡਾਕਟਰ ਨੇ ਇਹ ਜਲਾਦ ਦਾ ਰੂਪ ਧਾਰਨ ਕਰੀ ਬੈਠੇ ਹੋਏ ਨੇ। ਔਰ ਵੱਡੀ ਗੱਲ ਇਹਨਾਂ ਦੀ ਇਹ ਹੈ ਕਿ ਸਿਵਲ ਹੋਸਪਿਟਲ ਦੇ ਵਿੱਚ ਤਾਂ ਸਾਰਾ ਕੁਛ ਚੱਲਦਾ ਹੀ ਚੱਲਦਾ ਸੀ, ਲੇਕਿਨ ਕਿਤੇ ਨਾ ਕਿਤੇ ਪ੍ਰਾਈਵੇਟ ਹੋਸਪਿਟਲਾਂ ਦੇ ਵਿੱਚ ਵੀ ਇਹਨਾਂ ਦਾ ਬੋਲਬਾਲਾ ਹੈ। ਔਰ ਜਿਵੇਂ ਰੌਲੀ ਜੀ ਨੇ ਦੱਸਿਆ ਕਿ ਕੁਛ ਲੋਕ ਇਹ ਡਾਕਟਰ ਜਿਹੜੇ ਨੇ ਇਹ ਇਕੱਠੇ ਹੋ ਜਾਂਦੇ ਨੇ, ਜਦੋਂ ਇਸ ਤਰ੍ਹਾਂ ਦੀ ਕੋਈ ਇਹ ਡਾਕਟਰ ਕਰਤੂਤ ਕਰਦੇ ਨੇ ਸਾਰੇ ਫਿਰ ਇਕੱਠੇ ਹੋ ਜਾਂਦੇ ਨੇ, ਔਰ ਉਸ ਤੋਂ ਬਾਅਦ ਕਿਸ ਤਰ੍ਹਾਂ ਪੇਸ਼ ਆਉਂਦੇ ਨੇ ਇਹ ਤੁਸੀਂ ਖੁਦ ਵੇਖ ਹੀ ਲਿਆ ਹੈ। ਪ੍ਰਸ਼ਾਸਨ ਨੂੰ ਚਾਹੀਦਾ ਕਿ ਇਸ ਤਰ੍ਹਾਂ ਦੇ ਜਿਹੜੇ ਚੰਦ ਇੱਕ ਡਾਕਟਰ ਨੇ ਉਹਨਾਂ ਦੇ ਖਿਲਾਫ਼ ਕਾਰਵਾਈ ਜ਼ਰੂਰ ਕਰਨੀ ਚਾਹੀਦੀ ਹੈ। ਇਹ ਸੀ ਹੁਣ ਤੱਕ ਦੀ ਅਪਡੇਟ। ਨਵੀਆਂ ਅਤੇ ਤਾਜ਼ਾ ਖਬਰਾਂ ਲਈ ਜੁੜੇ ਰਹੋ ਏਵਨ ਪੰਜਾਬੀ ਟੀਵੀ ਦੇ ਨਾਲ।